ਤੁਸੀਂ ਵੀ ਉਸ ਵੇਲੇ ਕਾਨੂੰਨਾਂ ਦਾ ਬੜਾ ਡਟ ਕੇ ਵਿਰੋਧ ਕੀਤਾ, ਪਾਰਲੀਮੈਂਟ ਦੇ ਵਿੱਚ ਤੁਸੀਂ ਮੁੱਦਾ ਚੁੱਕਦੇ ਰਹੇ ਕਿ ਕਿਸਾਨਾਂ ਦੇ ਹੱਕ 'ਚ ਨਹੀਂ ਹੈ, ਤਾਂ ਕੀ ਉਹ ਫੈਸਲਾ ਇੱਕ ਗਲਤੀ ਸੀ ਅਤੇ ਕੀ ਹੋ ਇਸ ਵੇਲੇ ਜਿਹੜੇ ਕਿਸਾਨਾਂ ਨੂੰ ਭਰੋਸਾ ਦਿੱਤਾ ਜਦੋਂ ਅੰਦੋਲਨ ਖਤਮ ਹੋਇਆ, MSP ਦਾ ਭਰੋਸਾ ਦਿੱਤਾ ਗਿਆ ਸੀ ਕਿ ਕਾਨੂੰਨੀ ਗਰੰਟੀ ਦਿੱਤੀ ਜਾਵੇਗੀ, ਉਹਨੂੰ ਲੈ ਕੇ ਤਾਂ ਅੱਜ ਵੀ ਕਿਸਾਨ ਸੜਕਾਂ 'ਤੇ ਬੈਠੇ ਨੇ। ਆਪਣੇ ਪੰਜਾਬ 'ਚ MSP ਦੀ ਗਰੰਟੀ ਹੈਗੀ ਆ, ਉਹ ਬਾਕੀ ਮੁਲਕ ਦੀ ਗੱਲ ਕਰਦੇ ਆ, ਆਪਣੇ ਕੋਈ MSP ਦੀ ਕੋਈ ਕਮੀ ਥੋੜ੍ਹੀ ਆ, ਆਪਣੇ ਤਾਂ ਫਸਲ ਸਾਰੀ ਉਹ MSP ਦੀ ਵਿਕਦੀ ਆ, ਉਹ ਦੂਜੇ ਸੂਬਿਆਂ ਦੀ ਗੱਲ ਕਰਦੇ ਆ। ਆਪਣੇ ਤਾਂ ਜਿਹੜੇ ਗੱਲਾਂ ਨੇ, ਇੱਕ ਸਭ ਤੋਂ ਵੱਡੀ ਹੈ ਪੈਨਸ਼ਨ ਦੀ ਗੱਲ, ਕਿਸਾਨਾਂ ਨੂੰ ਪੈਨਸ਼ਨ ਲਾਈ ਜਾਵੇ, ਬਾਕੀ ਸੱਚ ਕਰਜ਼ਾ ਮਾਫ਼ ਕੀਤਾ ਜਾਵੇ, ਇਹ ਵੱਡੇ ਜਿਹੜੇ ਮੁੱਦੇ ਨੇ, ਇਹ ਅਲੱਗ ਮੁੱਦੇ ਆ। ਆਪਣਾ MSP ਪੰਜਾਬ ਦਾ ਮੁੱਦਾ ਨਹੀਂ ਹੈਗਾ, ਪੰਜਾਬ 'ਚ ਤਾਂ MSP ਜਿਹੜੀ ਹੈ ਕਣਕ ਝੋਨੇ ਅਤੇ ਪੰਜਾਬ ਦੇ ਵਿੱਚ ਸਿਰਫ, ਮੈਂ ਉਹੀ ਸਵਾਲ ਕਰਨਾ ਸੀ ਕਿ ਸਿਰਫ ਦੋ ਫਸਲਾਂ ਦੇ ਉੱਤੇ MSP ਮਿਲਦੀ ਹੈ। ਤੁਹਾਨੂੰ ਪਤਾ ਪੰਜਾਬ ਦੇ ਵਿੱਚ ਪਾਣੀ ਨੂੰ ਲੈ ਕੇ ਇੱਕ ਬਹੁਤ ਵੱਡੀ ਸਮੱਸਿਆ ਹੈ ਕਿ ਜ਼ਮੀਨ ਹੇਠਲਾ ਪਾਣੀ ਲਗਾਤਾਰ ਮੁੱਕਦਾ ਜਾ ਰਿਹਾ। ਜੇ ਪੰਜਾਬ ਇਹ ਰਵਾਇਤੀ ਫਸਲਾਂ 'ਤੇ ਲੱਗਿਆ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਬੰਜਰ ਹੋ ਜੂਗਾ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਬਦਲੀਆਂ ਫਸਲਾਂ ਦੇ ਉੱਤੇ ਵੀ ਕਿਸਾਨਾਂ ਨੂੰ MSP ਮਿਲੇ? ਕੇਂਦਰ 23 ਫਸਲਾਂ 'ਤੇ MSP ਐਲਾਨਦਾ, ਮਿਲਦੀ ਸਿਰਫ ਦੋ ਫਸਲਾਂ ਦੇ ਉੱਤੇ। ਉਹ ਗੱਲ ਤਾਂ ਬਾਅਦ ਦੀ ਹੈ ਨਾ, ਪਹਿਲਾਂ ਤਾਂ ਕਿਸਾਨ ਤਿਆਰ ਹੋਵੇ ਵੀ ਕਿਹੜੀ ਫਸਲ ਲਾਉਣੀ ਹੈ, ਅਜੇ ਤਾਂ ਉਹ ਗੱਲ 'ਚ ਹੈ ਹੀ ਨਹੀਂ ਕੋਈ। ਪਰ ਇਹ ਸਾਰੀਆਂ ਗੱਲਾਂ ਕਰਾਂਗੇ, ਇਸੇ ਕਰਕੇ ਵਿੱਚ ਆਏ ਹਾਂ ਵੀ ਪੰਜਾਬ ਦੁਆਰਾ ਕਿਵੇਂ ਪੰਜਾਬ ਨੂੰ ਖੁਸ਼ਹਾਲ ਕਰਨਾ ਹੈ, ਕਿਵੇਂ ਪੰਜਾਬ ਨੂੰ ਬਚਾਉਣਾ ਹੈ, ਕਿਵੇਂ ਪੰਜਾਬ ਦੇ ਨਸ਼ਾ ਦੂਰ ਕਰਨਾ ਹੈ, ਕਿਵੇਂ ਜ਼ਹਿਰੀਲੀ ਜਿਹੜੀ ਤੁਸੀਂ ਕਹਿ ਰਹੇ ਹੋ, ਦੁਨੀਆ ਦੀ ਸਭ ਤੋਂ ਇਸ ਵੇਲੇ ਜਿਹੜੀ ਆਪਣੀ ਧਰਤੀ ਆ ਉਹ ਜ਼ਹਿਰੀਲੀ ਹੋ ਗਈ, ਪਾਣੀ ਫੁੱਟਾਂ ਦੇ ਫੁੱਟ ਥੱਲੇ ਜਾ ਰਿਹਾ, ਉਹ ਫਿਰ ਆਪਾਂ ਕਰ ਕੀ ਤੋਂ ਸਕਦੇ ਹਾਂ? ਆਪਾਂ ਉਹਨਾਂ ਨਾਲ ਲੜ ਕੇ ਕਰ ਸਕਦੇ ਹਾਂ ਜਾਂ ਆਪਾਂ ਉਹਨਾਂ ਨਾਲ ਰਲ ਕੇ ਕਰ ਸਕਦੇ ਹਾਂ? ਜੇ ਲੜੀ ਜਾਵਾਂਗੇ ਉਹ ਤਾਂ ਹਾਲਾਤ ਆਪਾਂ ਦੇਖ ਹੀ ਲਏ ਵੀ ਕੀ ਹੈ। ਜੇ ਆਪਾਂ ਵਿੱਚ ਉਹਨਾਂ ਦੇ ਬਹਿ ਕੇ ਫਿਰ ਆਪਣਾ ਪੰਜਾਬ ਠੀਕ ਹੋਊਗਾ ਜਾਂ ਆਪਣਾ ਲੜਕੇ ਠੀਕ ਹੋਊਗਾ, ਇਹ ਫੈਸਲਾ ਹੁਣ ਪੰਜਾਬ ਨੇ ਕਰਨਾ ਹੈ। ਅਸੀਂ ਜਦ ਗਰੰਟੀਆਂ ਲੈ ਕੇ ਆ ਵੀ ਇਹਨਾਂ ਕਿਸਾਨਾਂ ਨੂੰ ਕੋਈ ਕਰਨ ਦੀ ਲੋੜ ਨਹੀਂ, ਕਿਸਾਨ ਸਾਨੂੰ ਹੁਕਮ ਕਰਨਗੇ, ਅਸੀਂ ਜਾ ਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੰਪਲੀਮੈਂਟ ਕਰਾ ਕੇ, ਆਹ ਬਜਟ ਪਹਿਲਾਂ ਹੀ ਆਊਗਾ, ਪਹਿਲੇ ਬਜਟ 'ਚ ਹੀ ਇਹਨਾਂ ਦੀਆਂ ਜਿਹੜੀਆਂ ਗੱਲਾਂ ਹੋਣਗੀਆਂ, ਅੱਧੀਆਂ ਤਾਂ ਸਾਨੂੰ, ਅਸੀਂ ਵੀ ਕਿਸਾਨ ਆ ਪਤਾ ਹੈ, ਅਤੇ ਨਾਲ ਲਿਜਾ ਕੇ ਬਿਠਾ ਕੇ ਉਹ ਸਾਰੀਆਂ ਗੱਲਾਂ ਪਹਿਲੇ ਬਜਟ 'ਚ ਕਰਾਵਾਂਗੇ, ਵਿਰੋਧ ਫਿਰ ਕਰ ਲਾਂਗੇ। ਜਿਹੜਾ ਇਸ ਵੇਲੇ ਅੰਦੋਲਨ ਹੈ ਉਹਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਕਿ ਉਹ ਕਿਸਾਨ ਕਹਿ ਰਹੇ ਨੇ ਕਿ ਇੱਕ ਵਾਰੀ ਮੁੜ ਤੋਂ? ਬਿਲਕੁਲ ਠੀਕ ਹੈ, ਕਰ ਸਕਦੇ ਆ ਅੰਦੋਲਨ। ਹੁਣ ਅੰਦੋਲਨ ਜਦੋਂ ਛੁੜਿਆ ਹੀ ਇਸ ਵਾਰ ਤਾਂ ਉਦੋਂ ਹੋਇਆ ਜਦੋਂ ਇਲੈਕਸ਼ਨ ਕੋਡ ਲੱਗਣਾ ਸੀ, ਇਹ ਵੀ ਬਹੁਤ ਵੱਡਾ ਇੱਕ ਇਸ ਵਾਰ, ਅਤੇ ਉਹਨਾਂ ਨੇ ਤਾਂ ਮੰਤਰੀ ਭੇਜੇ ਪਰ ਉਹਦੇ ਵਿੱਚ ਜਿਹੜੇ ਮੈਨੂੰ ਲੱਗਦਾ ਨਾ ਇਹਨਾਂ ਦੇ ਵੱਲੋਂ ਉਹ ਗੱਲ ਸਮਝ ਰਹੇ ਆ, ਕੋਈ ਇਹ ਬਹੁਤ ਵੱਡੀ ਕਮੀ ਸੀ ਜਿਹੜੇ ਆਪਸ ਵਿੱਚ ਜਿਹੜੀ ਇੰਟਰੈਕਸ਼ਨ, ਬੜਾ ਵੱਡਾ ਗੈਪ ਆ ਜਿਹੜੀ ਗੱਲ, ਨਾ ਤਾਂ ਇੱਧਰੋਂ ਕੋਈ ਐਸੀ ਗੱਲ ਆਉਂਦੀ ਹੈ ਜਿਹਦੇ ਨਾਲ ਉਹ ਮੰਨ ਜਾਣ, ਨਾ ਉੱਧਰੋਂ ਐਸੀ ਗੱਲ ਆਉਂਦੀ, ਉਹ ਦੋਨੋਂ ਨੂੰ ਉਹ ਜਿਹੜਾ ਬ੍ਰਿਜਾ ਵਿਚਾਲੇ ਬਣਾ ਕੇ ਬਿਲਕੁਲ ਇਹਨੂੰ ਠੀਕ ਕਰਾਂਗੇ। ਇਹ ਹਰੇਕ ਗੱਲ ਨੂੰ ਸ਼ੱਕ ਨਾਲ ਨਹੀਂ ਦੇਖਣਾ ਚਾਹੀਦਾ, ਜੇ ਹਰ ਚੀਜ਼ ਆਪਾਂ ਸ਼ੱਕ ਨਾਲ ਹੀ ਦੇਖਾਂਗੇ ਫਿਰ ਉਹ ਗੱਲ ਕਦੇ ਸਿਰੇ ਨਹੀਂ ਚੜ੍ਹਦੀ। ਜਦੋਂ ਹੁਣ ਵਿੱਚ ਬੈਠਾਂਗੇ, ਅੱਗੇ ਵੀ ਪੰਜਾਬ ਅਮਨ ਸ਼ਾਂਤੀ ਦੀ ਗੱਲ ਸੀ, ਮੇਰੇ ਦਾਦਾ ਜੀ ਨੇ ਠੀਕ ਕੀਤੀ, ਜਦੋਂ ਮੈਂ ਹੁਣ ਇਹ ਵਿਸ਼ਵਾਸ ਦਵਾ ਰਹੇ ਹਾਂ, ਭਰੋਸਾ ਦਵਾ ਰਹੇ ਹਾਂ ਵੀ ਇਹ ਗੱਲ ਠੀਕ ਕਰਾਂਗੇ, ਇਹੋ ਜਿਹੀ ਕਿਹੜਾ ਮਸਲਾ ਠੀਕ ਨਹੀਂ ਹੁੰਦਾ? ਨਾਲੇ ਕਿੱਡੀ ਕੁ ਬੜੀ ਗੱਲ ਆ ਯਾਰ, ਕੇਂਦਰ ਕੋਲ ਤਾਂ ਕੋਈ ਕਮੀ ਓ ਨਹੀਂ ਪੈਸੇ ਦੀ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਗੀ, ਇੱਕ ਇੱਕ ਦਿਨ 'ਚ ਇਹ ਮਸਲੇ ਹੱਲ ਹੋਣ ਵਾਲੇ ਆ, ਸਿਰਫ ਕੜੱਤਣ ਆ ਜਿਹੜੀ ਉਹ ਵਧੀ ਹੋਈ ਆ, ਜਦੋਂ ਵਿੱਚ ਕੜੱਤਣ ਠੀਕ ਹੋ ਜਾਊਗੀ ਮਸਲੇ ਆਪਣੇ ਆਪ ਹੱਲ ਹੋ ਜਾਣ।